ਸਤਿ ਸ਼੍ਰੀ ਅਕਾਲ ਦੋਸਤੋ। ਲਓ ਜੀ, ਸਾਡਾ ਦਿਨ ਤੀਜਾ ਸ਼ੁਰੂ ਹੋ ਗਿਆ ਅਤੇ ਚੌਥਾ ਹੋ ਗਿਆ ਯਾਰ, ਤੀਜਾ ਕਿਉਂ ਗਿਆ, ਚੱਲ ਚੌਥਾ ਹੋ ਗਿਆ। ਚੌਥਾ ਦਿਨ ਸ਼ੁਰੂ ਹੋ ਗਿਆ ਅਤੇ ਚੌਥੇ ਦਿਨ ਤੈਨੂੰ ਜਿਵੇਂ ਦਿਖਦਾ ਬਰਾੜਾਂ ਦੀ ਪੂਰੀ ਚੜ੍ਹਾਈ ਆ। ਦੇਖੋ ਉਹ ਸੜਕ ਹੈਗੀ ਕਿੰਨੀ ਨੀਵੀਂ ਅਤੇ ਬਰਾੜਾਂ ਦਾ ਜਿਹੜਾ ਮੋਟਲਾ ਦੇਖੋ ਕਿੱਡਾ ਉੱਚਾ ਹੈ ਨਾ ਚੜ੍ਹਾਈ। ਸੋ ਵਾਕਈ ਚੜ੍ਹਾਈ ਹੈ ਅਤੇ ਅੱਜ ਆਪਾਂ ਕਲੇਅਰ ਦੇ ਵਿੱਚ ਹਾਂ, ਕਲੇਅਰ ਵੈਲੀ ਮੋਟਲ, ਸਾਡੇ ਬੜੇ ਪਿਆਰੇ ਮਿੱਤਰ ਜਪਿੰਦਰ ਬਾਈ ਹੋਰਾਂ ਦਾ, ਅਤੇ ਉਹਨਾਂ ਨਾਲ ਵੀ ਆਪਾਂ ਥੋੜ੍ਹੀ ਬਹੁਤ ਕਲੇਅਰ ਬਾਰੇ ਗੱਲ ਕਰਾਂਗੇ ਅਤੇ ਤੁਹਾਨੂੰ ਨਾਲ ਨਾਲ ਮੋਟਲ ਦੇ ਦਰਸ਼ਨ ਵੀ ਕਰਾਉਣੇ ਆ। ਪਰ ਮੈਂ ਅੱਜ ਤੜਕੇ ਤੜਕੇ ਸਿੱਧਿਆਂ ਉੱਠ ਕੇ ਮਨਪ੍ਰੀਤ ਨੂੰ ਵੀਡੀਓ ਬਣਾਉਣ ਲਈ ਤਾਂ ਕਿਹਾ, ਕਿਉਂਕਿ ਧੁੰਦ ਆ ਜਿਹੜੀ ਆਸਟ੍ਰੇਲੀਆ 'ਚ ਦੇਖਣੀ ਕਾਫੀ ਔਖੀ ਆ, ਬਹੁਤ ਘੱਟ ਦੇਖਣ ਨੂੰ ਮਿਲਦੀ ਆ। ਅਤੇ ਅੱਜ ਧੁੰਦ ਦੇ ਦਰਸ਼ਨ ਹੋਏ ਸਾਨੂੰ ਸੁਬਾਹ ਸੁਬਾਹ ਉੱਠ ਕੇ, ਜੋ ਕਮਰੇ 'ਚੋਂ ਬਾਹਰ ਗੇਟ ਖੋਲ੍ਹਿਆ ਅਤੇ ਮੂੰਹ 'ਚੋਂ ਜਿਹੜਾ ਉਹ ਅੰਗਰੇਜ਼ੀ 'ਚ ਵਾਹ ਅਤੇ ਪੰਜਾਬੀ 'ਚ ਵਾਹ ਜੀ ਵਾਹ ਸਿਰਾ ਲੱਗ ਗਿਆ ਅਤੇ ਉਹ ਸੀ। ਸੋ ਆ ਜਾਓ ਆਪਾਂ ਬਾਈ ਜਪਿੰਦਰ ਨੂੰ ਮਿਲਦੇ ਹਾਂ। ਜਪਿੰਦਰ, ਪਹਿਲਾਂ ਤਾਂ ਮੈਨੂੰ ਇਹ ਦੱਸਿਓ ਵੀ ਤੁਸੀਂ ਸਾਲ ਕੁ ਹੋਇਆ ਇੱਥੇ ਆਏ ਤੇ ਪਹਿਲਾਂ ਕਿੱਥੇ ਕਿੱਥੇ ਸੀ? ਅਸੀਂ ਪਹਿਲਾਂ ਸਿਡਨੀ ਸੀਗੇ। ਅੱਛਾ, ਜਿਵੇਂ ਤੁਹਾਨੂੰ ਪਤਾ ਹੀ ਆ ਪਰਮਪਾਲ ਅੰਕਲ ਕੋਲੇ, ਮੈਂ ਤਾਂ ਉਹਨਾਂ ਕੋਲੇ ਮੋਟਲੀ ਬਾਬਾ ਨਾ ਰੱਖਦੀ ਆ ਫੋਨ। ਹਾਂ, ਮੋਟਲ ਬਾਬਾ। ਵੈਸੇ ਤੁਸੀਂ ਮੈਨੂੰ ਪੁੱਛਣ ਤੋਂ ਪਹਿਲਾਂ ਤੁਸੀਂ ਉਹਨਾਂ ਕੋਲੇ ਜਾਣਾ ਸੀਗਾ? ਨਹੀਂ, ਉਹਨਾਂ ਦਾ ਜ਼ਿਆਦਾ ਸੀਗਾ ਬੰਦਾ, ਪਰ ਤੁਸੀਂ ਹਮੇਸ਼ਾ ਹਰ ਇੱਕ ਨੂੰ ਮਿਲਣ ਦਾ ਸ਼ੌਕ ਹੀ ਦਿੰਦੇ ਆ। ਬਿਲਕੁਲ। ਤੇ ਪਹਿਲਾਂ ਵੈਸੇ ਉਹਨਾਂ ਕੋਲੇ ਸੀਗਾ ਮੈਂ ਸਿਡਨੀ ਚ, ਤੇ ਉੱਥੇ ਅਸੀਂ 2 ਸਾਲ ਰੁਕੇ। ਅੱਛਾ। 2007 ਚ ਆਪਾਂ ਸੇਮ ਟਾਈਮ ਤੇ ਆਏ, 2009 ਤੱਕ ਮੈਂ ਸਿਡਨੀ ਚ ਰਿਹਾ, ਉਦੋਂ ਬਾਅਦ ਅਸੀਂ ਐਡੀਲੇਡ ਆ ਗਏ। ਫਿਰ ਕਾਫੀ ਟਾਈਮ ਐਡੀਲੇਡ ਰਿਹਾ ਮੈਂ, 5 ਸਾਲ। ਉਸ ਤੋਂ ਬਾਅਦ ਫਿਰ ਪਰਮਪਾਲ ਅੰਕਲ ਦੇ ਨਾਲ ਅਸੀਂ ਰਲ ਕੇ ਪੀਟਰ ਬਾਰਾ ਤੋਂ ਸ਼ੁਰੂ ਕੀਤਾ ਕੰਮ। ਜੀ ਜੀ ਜੀ। ਫਿਰ ਹੌਲੀ ਹੌਲੀ ਇੱਥੇ ਆ ਗਏ ਪਿਛਲੇ ਸਾਲ। ਬਿਲਕੁਲ। ਮਾਊਂਟ ਗੈਂਬੀਅਰ ਵੀ? ਹਾਂਜੀ ਹਾਂ, ਇੱਕ ਮਾਊਂਟ ਗੈਂਬੀਅਰ ਮੋਟਲ ਆ, ਉਹ ਸਾਡੇ ਕੋਲ ਸੀਗਾ 2018 ਦੇ ਵਿੱਚ, ਪਹਿਲਾਂ ਪੀਟਰ ਬਾਰਾ ਵਾਲਾ, ਫਿਰ ਮਾਊਂਟ ਗੈਂਬੀਅਰ, ਫਿਰ ਹੁਣ ਕਲੇਅਰ। ਹਾਂਜੀ। ਚਲੋ ਬਹੁਤ ਵਧੀਆ ਜੀ। ਤੁਸੀਂ ਆਪਾਂ ਗੱਲ ਪਹਿਲਾਂ ਤੁਹਾਡੇ ਨਾਲ ਵੀ ਕਰਦੇ ਹਾਂ, ਪਰ ਅੰਕਲ ਬਿਲਕੁਲ ਸਰਦਾਰ ਸਰਜੀਤ ਸਿੰਘ ਆ ਜਾਓ ਅੰਕਲ, ਤੁਸੀਂ ਵੀ ਸਾਡੇ ਨਾਲ ਜੁਆਇਨ ਕਰ ਲਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਖੇਤੀਬਾੜੀ ਅਫਸਰ ਰਿਟਾਇਰ ਬੰਦਾ, ਤੇ ਕਿੱਧਰ ਮੋਟਲ ਆ ਤੇ ਕਿੱਧਰ ਆਸਟ੍ਰੇਲੀਆ? ਹਾਂਜੀ, ਰਿਟਾਇਰ ਹੋਣ ਤੋਂ ਬਾਅਦ ਬੱਚੇ ਨੂੰ ਪਹਿਲਾਂ ਭੇਜਿਆ ਸੀ ਇੱਥੇ ਪੜ੍ਹਨ ਵਾਸਤੇ। ਜੀ ਜੀ। ਉਦੋਂ ਬਾਅਦ ਵੀ ਕੋਈ ਪਹਿਲਾਂ ਦਾ ਠੀਕ ਰਹਿ ਗਿਆ ਵੀ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕਰੀਏ। ਜੀ। ਤੇ ਉਹ ਮੇਰਾ ਦੋਸਤ ਆ ਪਰਮਪਾਲ ਸਿੰਘ, ਕਹਿੰਦਾ ਵੀ ਇਹ ਬਿਜ਼ਨਸ ਸਭ ਤੋਂ ਵਧੀਆ। ਜੀ ਜੀ। ਉਦੋਂ ਬਾਅਦ ਅਸੀਂ ਮੋਟਰ ਲੈਣ 'ਚ ਜਾ ਕੇ ਤੇ ਵਧੀਆ ਕਾਰੋਬਾਰ ਚੱਲਾ ਰਹੇ ਹਾਂ। ਨਹੀਂ ਨਹੀਂ, ਬਹੁਤ ਵਧੀਆ ਬਾਈ ਜੀ। ਮੈਂ ਇੱਥੇ ਬਾਈ ਪਰਮਪਾਲ ਦਾ 2-3 ਵਾਰੀ ਜ਼ਿਕਰ ਆ ਗਿਆ ਅਤੇ ਮੈਂ ਤੁਹਾਨੂੰ ਦੱਸ ਦਿਆਂ, ਬਾਈ ਫਾਜ਼ਿਲਕਾ ਦੇ ਨੇੜਿਓਂ ਇੱਕ ਪਿੰਡ ਤੋਂ ਬਿਲੋਂਗ ਕਰਦੇ ਆ ਅਤੇ ਕਾਫੀ ਲੰਮੇ ਚਿਰ ਤੋਂ ਸਿਡਨੀ 'ਚ ਰਹਿ ਰਹੇ ਆ। ਬੈਕਗਰਾਊਂਡ ਉਹਨਾਂ ਦੀ ਵੀ ਐਗਰੀਕਲਚਰ 'ਚ, ਐਗਰੀਕਲਚਰ 'ਚ ਉਹ PHU ਦੀ ਸਾਰੇ ਹੈਗੇ ਜਿਹੜੀ ਟੀਮ ਪੂਰੀ ਦੀ ਪੂਰੀ ਜਿਹੜੀ ਉਦੋਂ ਆਈ ਆ ਉਹਨਾਂ 'ਚੋਂ, ਪਰ ਉਹਨਾਂ ਨੇ ਖੁਦ ਮੋਟਲ ਬਿਜ਼ਨਸ 'ਚ ਆ ਤੇ ਉਹਨਾਂ ਨੇ, ਮੈਨੂੰ ਲੱਗਦਾ ਗਿਣਤੀ ਖਤਮ ਹੋ ਗਈ ਹੁਣ ਤਾਂ, ਕਿੰਨੇ ਲੋਕਾਂ ਨੂੰ ਮੋਟਲ ਬਿਜ਼ਨਸ 'ਚ ਲਿਆਉਂਦਾ ਜਿਹੜਾ ਉਹਨਾਂ ਨਾਲ ਹਾਏ ਹੈਲੋ ਕਰ ਲੈਂਦਾ, ਸਤਿ ਸ਼੍ਰੀ ਅਕਾਲ ਬੁਲਾ ਲੈਂਦਾ, ਉਹਨੇ ਕਹਿੰਦੇ ਯਾਰ ਘਰ ਦਾ ਕੀ ਲੈਣਾ, ਮੋਟਲ ਲੈ ਲਾ। ਸੋ ਮੈਂ ਵੀ ਮੋਟਲ ਇੰਡਸਟਰੀ 'ਚ ਉਹਨਾਂ ਦੇ ਕਹਿਣ 'ਤੇ ਆਇਆ, ਦੇਖੋ ਜਪਿੰਦਰ ਵੀ ਉਹਨਾਂ ਦੇ ਨਾਲ ਹੋ ਕੇ ਆਇਆ ਅਤੇ ਹੋਰ ਅਣਗਿਣਤ ਬੰਦੇ ਤੁਹਾਨੂੰ ਮੈਂ ਮਿਲਾ ਦੂੰਗਾ ਅਤੇ ਮੈਂ ਹੁਣ ਉਹਨਾਂ ਦਾ ਨਾਂ ਹੀ ਮੋਟਲੀ ਬਾਬਾ ਰੱਖ ਦਿੰਦੇ ਹਾਂ, ਜਦੋਂ ਵੀ ਮੋਟਲੀ ਬਾਬਾ ਪੁੱਛਾਂ ਕੱਢਦੇ ਆ ਮੋਟਲਾਂ ਦੀਆਂ। ਸੋ ਇੱਥੇ ਕਲੀਅਰ ਕਿੱਡਾ ਕਿੱਡਾ ਆਉਣਾ ਹੈ? ਇਹ ਆਪਣਾ ਇਹਦੀ 4,000 ਪਾਪੂਲੇਸ਼ਨ ਆ ਜੀ। ਅੱਛਾ। ਕਾਫੀ ਵਧੀਆ ਟਾਊਨ ਆ, ਵੱਡਾ ਟਾਊਨ ਆ ਐਜ਼ ਕੰਪੇਅਰ ਟੂ ਜਿਵੇਂ ਦੂਸਰੇ ਟਾਊਨ ਛੋਟੇ ਹੁੰਦੇ ਆ, ਤੁਹਾਨੂੰ ਤਾਂ ਪਤਾ ਹੀ ਆ। ਇੱਥੇ ਸਾਰਾ ਕੁਝ ਮਿਲ ਜਾਂਦਾ, ਵੂਲਵਰਥ ਵਗੈਰਾ ਹੈਗਾ ਤੇ ਬਾਕੀ ਹੋਰ ਸ਼ਾਪਸ ਹੈਗੀਆਂ। ਐਡਲੇਡ ਤੋਂ 100-125 ਕਿਲੋਮੀਟਰ? 125 ਕਿਲੋਮੀਟਰ ਦੂਰ। 125, ਸਾਰਾ ਘੰਟਾ ਸਵਾ ਘੰਟਾ? ਹਾਂਜੀ ਹਾਂਜੀ ਹਾਂਜੀ। ਸੋ ਦੋਸਤੋ ਇੱਥੇ ਤਕਰੀਬਨ ਸਵੱਬੀ, ਮੈਂ ਵੀ 5 ਸਾਲ ਇਸ ਹੋਟਲ 'ਚ, ਉਦੋਂ ਪਰ ਗੋਰਿਆਂ ਦਾ ਹੋਟਲ ਸੀ ਜਦੋਂ ਮੈਂ ਰੁਕਦਾ ਹੁੰਦਾ ਸੀ, ਮੋਟਲ ਸੀ। ਮੈਂ ਜੋ ਫੋਕਸਟਲ ਦੀ ਜੋਬ ਕਰਦਾ ਸੀ ਅਤੇ ਅਕਸਰ ਇੱਥੇ ਆ ਕੇ ਰੁਕਦਾ ਸੀ, ਅੱਜ ਵੀ ਮੇਰੀਆਂ ਉਹਨਾਂ ਕਮਰਿਆਂ ਨਾਲ ਯਾਦਾਂ ਜੁੜੀਆਂ ਅਤੇ ਹਰਮਨ ਰੇਡੀਓ ਦੇ ਬਹੁਤ ਸਾਰੇ ਸਰੋਤੇ ਜਾਣਦੇ ਹੋਣਗੇ, ਮੈਂ ਰੇਡੀਓ 'ਤੇ ਸ਼ੋਅ ਕਰਦਾ ਰਿਹਾ, ਇੱਥੋਂ ਤੜਕੇ ਉੱਠ ਕੇ ਸ਼ੋਅ ਕਰਕੇ ਫਿਰ ਜੋਬ ਕਰਨ ਜਾਂਦਾ ਅਤੇ, ਪਰ ਅੱਜ ਆਪਾਂ ਨੂੰ ਖੁਸ਼ੀ ਹੋਈ ਵੀ ਇਹਦੀ ਮਾਲਕੀਅਤ ਆ ਉਹ ਬਰਾੜਾਂ ਦੇ ਹੱਥ 'ਚ ਆ ਗਈ ਅਤੇ ਬਰਾੜਾਂ ਦੀ ਦੇਖੋ ਪੂਰੀ ਚੜ੍ਹਾਈ ਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਸੜਕ ਨਾਲੋਂ ਘੱਟੋ ਘੱਟ 6 ਮੀਟਰ ਉੱਚਾ ਉੱਠ ਲਾ ਆਪਾਂ ਕਹਿ ਸਕਦੇ ਹਾਂ। ਨਹੀਂ ਆਪਾਂ ਦੇਖੋ ਆਪਣੀ ਚੜ੍ਹਾਈ ਤਾਂ ਇੰਨੇ ਨਾਲ ਹੀ ਖੁਸ਼ ਹੋ ਜਾਂਦੇ ਹਾਂ ਜੀ, ਆਪਾਂ ਨੂੰ ਹੋਰ ਨਾ ਹੋਵੇ, ਉੱਚੇ ਥਾਂ 'ਤੇ ਬਹਿ ਕੇ ਖੁਸ਼ ਹਾਂ, ਸਬਰ ਸੰਤੋਖ ਵਾਲੇ ਬੰਦੇ ਆ ਜੀ। ਸੋ ਮੇਰਾ ਸਾਲ ਕਿਤੇ ਇੱਥੇ ਕੰਟਰੀ ਸਾਈਡ 'ਚ ਇੱਥੇ ਰਹਿ ਕੇ ਕਿਵੇਂ ਲੱਗਿਆ? ਅਟਲ ਨੂੰ ਬਹੁਤ ਵਧੀਆ ਲੱਗਦਾ ਜੀ, ਬਹੁਤ ਵਧੀਆ ਲੱਗਦਾ, ਬੜੀ ਸ਼ਾਂਤੀ ਆ ਅਤੇ ਆਪਦਾ ਕੰਮ ਆ, ਬਹੁਤ ਵਧੀਆ ਲੱਗਦਾ। ਆਰਾਮ ਨਾਲ ਉੱਠੋ, ਆਰਾਮ ਨਾਲ ਉੱਠੋ। ਹਾਂਜੀ ਹਾਂਜੀ ਹਾਂਜੀ। ਇਹ 34 ਕਮਰਿਆਂ ਦਾ ਦੱਸਿਆ ਹੈ? ਹਾਂਜੀ ਹਾਂਜੀ, 34 ਕਮਰੇ। ਬਿਲਕੁਲ ਜੀ, ਬਾਈ ਹੋਰਾਂ ਨੇ ਇਹ ਫ੍ਰੀ ਹੋਲਡ ਦੀ ਪ੍ਰੋਪਰਟੀ ਲਈ ਹੈ ਤੁਸੀਂ? ਹਾਂਜੀ। ਇਹ ਕਿੱਡਾ ਕੁ ਥਾਂ, ਕਿੰਨਾ ਕੁ
ਸਾਡੇ ਕੋਲ ਜੀ 12 ਹੈਕਟੇਅਰ ਆ 12 ਹੈਕਟੇਅਰ ਟੋਟਲ ਕੋਈ ਵਿੱਚ ਖੇਤੀ ਵੀ ਕਰ ਰਹੇ ਹੋ ਕਹਿੰਦੇ ਹਾਂਜੀ ਸੋਰੀ 12 ਏਕੜ ਆ 12 ਏਕੜ ਹਾਂਜੀ 12 ਏਕੜ ਨਹੀਂ ਖੇਤੀ ਨਹੀਂ ਜੀ ਖੇਤੀ ਨਹੀਂ ਬਸ ਸਾਰਾ ਵਿੱਚ ਬੋਸ਼ੀ ਏਕੜ ਹਾਂਜੀ ਹਾਂਜੀ ਤੇ ਹੈ ਵੀ ਨਹੀਂ ਉਹ ਬੋਸ਼ਾਲੀ ਹੋਣੀ ਇਹਦੇ ਨਾਲ ਬੋਸ਼ਾਲੀ ਹੋਈ ਆ ਜ਼ਿਆਦਾਤਰ ਵੈਸੇ ਇੱਥੇ ਸਾਡੇ ਆਪਣਾ ਅਲਪੈਕਾਸ ਰੱਖੇ ਹੋਏ ਆ ਇੱਕ ਟੂਰਿਸਟ ਅਟ੍ਰੈਕਸ਼ਨ ਜੀ ਆ ਹਾਂਜੀ ਹਾਂਜੀ ਤੇ ਕੁਛ ਬਾਕੀ ਆ ਗਾਰਡਨ ਵਗੈਰਾ ਹੈਗਾ ਜਿੱਥੇ ਤੇ ਬੱਚਿਆਂ ਵਾਸਤੇ ਆ ਪਲੇਗਰਾਉਂਡ ਵਗੈਰਾ ਸੋਹਣੀ ਬਹੁਤ ਸੋਹਣੀ ਖੁੱਲੀ ਪ੍ਰੋਪਰਟੀ ਹੈ ਕੋਈ ਉੱਚੇ ਥਾਂ ਤੇ ਹੋਣੇ ਚ ਕਰਕੇ ਉਂਜੀ ਇਹਦੀ ਗੈਟਅਪ ਬਣ ਜਾਂਦੀ ਹਾਂਜੀ ਹਾਂਜੀ ਮੈਨੂੰ ਇੱਥੇ ਪਤਾ ਇੱਥੇ ਰਿਟਰਨਿੰਗ ਕਸਟਮਰ ਬਹੁਤ ਆਉਂਦਾ ਤੁਹਾਡੇ ਕੋਲੇ ਬਿਲਕੁਲ ਜੀ ਹਾਂਜੀ ਕੰਪਨੀ ਵਾਲੇ ਬਹੁਤ ਆਉਂਦੇ ਹਨ ਸੋ ਪੰਜਾਬ ਤੋਂ ਕਿਹੜਾ ਪਿੰਡ ਆ ਮੋਗਾ ਡਿਸਟ੍ਰਿਕਟ ਹੈ ਕਿਹੜਾ ਪਿੰਡ ਕਿਹੜਾ ਪਿੰਡ ਲੰਡੇ 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 ਪਿੰਡ ਹਾਂਜੀ ਹਾਂਜੀ ਲੰਡੇ ਪਿੰਡ ਬਹੁਤ ਫੇਮਸ ਪਿੰਡ ਆ ਜੀ ਹੁਣ ਨਹੀਂ ਜਾਂਦਾ ਕਿੱਥੇ ਜੌਬ ਤੁਸੀਂ ਅੰਕਲ ਕਿੱਥੇ ਕੀਤੀ ਜਾ ਸਕਦੇ ਬਹੁਤ ਹੀ ਜੌਬ ਤਾਂ ਮੈਂ ਬਾਗਾ ਪੁਰਾਣਾ ਕੀਤੀ ਹੈ ਮੋਗਾ ਡਿਸਟ੍ਰਿਕਟ ਓਕੇ ਸਭ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲੇ ਜੀ ਐਗਰੀਕਲਚਰ ਐਗਰੀਕਲਚਰ ਡਿਪਾਰਟਮੈਂਟ ਓਕੇ ਤੇ ਫਿਰ ਰਿਟਾਇਰਮੈਂਟ ਤੋਂ ਬਾਅਦ ਆਏ ਹੋ ਤੁਸੀਂ ਤਾਂ ਰਿਟਾਇਰਮੈਂਟ ਤੋਂ ਬਾਅਦ ਹੀ ਪਹਿਲਾਂ ਟੂਰਿਸਟ ਵੀਜ਼ੇ ਤੇ ਆਉਂਦੇ ਰਹੇ ਚੱਕਰ ਮਾਰਦੇ ਰਹੇ ਜੀ 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 ਉਸ ਤੋਂ ਬਾਅਦ ਹੁਣ ਤਾਂ 2019 ਤੋਂ ਲਗਾਤਾਰ ਹੀ ਇੱਥੇ ਹੈ ਜਪਿੰਦਰ ਦੇਖੋ ਤੁਸੀਂ ਤਾਂ ਤਜਰਬਾ ਹੁਣ ਹਾਸਲ ਕਰ ਲਿਆ ਮੈਂ ਤਾਂ 10-12 ਸਾਲਾਂ ਦਾ ਰੌਲਾ ਪਾਈ ਜਾਂਦਾ ਲੋਕਾਂ ਨੂੰ ਵੀ ਪਿੰਡਾਂ 'ਚ ਜਾ ਵੜੋ ਇਹ ਜ਼ਿੰਦਗੀ ਸੌਖੀ ਆ ਉਹ ਹੋਰ ਆ ਮੇਰੀ ਤਾਂ ਮਨ ਨੂੰ ਹਟ ਗਈ ਜੇ ਤਾਂ ਹਟਦਾ ਨਹੀਂ ਇਵੇਂ ਬੋਲੀ ਤੇ ਤੁਸੀਂ ਆਪਦਾ ਤਜਰਬਾ ਦੱਸੋ ਵੀ ਸ਼ਹਿਰ ਦੀ ਲਾਈਫ ਨਾਲੋਂ ਸਿਡਨੀ ਵੀ ਦੇਖੀ ਤੁਸੀਂ ਐਡਲੇਡ ਵੀ ਦੇਖਿਆ ਆ ਵੀ ਦੇਖਿਆ ਹਾਂਜੀ ਹਾਂਜੀ ਕੀ ਕੋਈ ਵੀ ਇੱਕ ਕੀ ਪੁਆਇੰਟ ਜ਼ਰੂਰ ਦੱਸੋ ਪੁਆਇੰਟ ਜ਼ਿਆਦਾ ਤਾਂ ਮੈਂ ਕਹਿ ਸਕਦਾ ਵੀ ਟ੍ਰੈਫਿਕ ਤੇ ਜਿਵੇਂ ਆਪਾਂ ਸਿਡਨੀ 'ਚ ਸੀਗੇ ਤਾਂ ਜੋ ਜੌਬ 'ਤੇ ਜਾਣਾ ਪੈਂਦਾ ਸੀ ਤਾਂ ਕਈ ਵਾਰੀ ਸਾਨੂੰ ਘੰਟੇ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਸੀ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਸਾਰਿਆਂ ਸਰੋਤਿਆਂ ਨੂੰ ਸਾਰੇ ਸਿਡਨੀ ਮੈਲਬਰਨ ਬ੍ਰਿਸਬਨ 'ਚ ਰਹਿੰਦੇ ਆ ਤੇ ਉਹਨਾਂ ਨੂੰ ਪਤਾ ਵੀ ਤੁਹਾਨੂੰ ਪਹਿਲਾਂ 1 ਘੰਟਾ ਲੈ ਕੇ ਚੱਲਣਾ ਪੈਂਦਾ ਤੇ ਮੁੜ ਕੇ 1 ਘੰਟਾ ਬਾਅਦ ਦੇ ਵਿੱਚ ਤੁਹਾਨੂੰ ਲੱਗਦਾ ਇੱਥੇ ਇਹ ਆ ਵੀ ਤੁਹਾਨੂੰ ਬਹੁਤ ਟ੍ਰੈਫਿਕ ਕੋਈ ਨਹੀਂ ਗਾ ਤੇ ਤੁਸੀਂ ਜਦੋਂ ਮਰਜ਼ੀ ਬਸ 5 ਮਿੰਟ ਪਹਿਲਾਂ ਤੁਸੀਂ ਸੋਚੋ ਵੀ ਮੈਂ ਇੱਥੇ ਪਹੁੰਚਣਾ ਤੁਸੀਂ ਉੱਥੇ ਪਹੁੰਚ ਜਾਂਦੇ ਤੇ ਬਾਕੀ ਬੜੀ ਸ਼ਾਂਤੀ ਆ ਕੁਆਇਟ ਆ ਹੁਣ ਤਾਂ ਇਹੀ ਵਧੀਆ ਲੱਗਦਾ ਬਾਕੀ ਜਿਵੇਂ ਅਸੀਂ ਆਏ ਪਿੰਡਾਂ ਤੋਂ ਸਾਨੂੰ ਉੱਥੇ ਪਿੰਡ ਵੀ ਸ਼ਹਿਰਾਂ ਨਾਲ ਵਧੀਆ ਲੱਗਦੇ ਸੀਗੇ ਤਾਂ ਉਵੇਂ ਸਾਨੂੰ ਆਹ ਪਿੰਡ ਵਧੀਆ ਲੱਗਦਾ ਤੇ ਪਿੰਡ ਦੇ ਗੋਰੇ ਵੀ ਮਲਵਰਤਨ ਪੂਰੀ ਹੈ ਹਾਂਜੀ ਸਾਡੇ ਕਰਾਉਣਾ ਇਲਾਜ ਤੁਸੀਂ ਸਿਡਨੀ ਵੀ ਰਹੇ ਕੁਛ ਚਿਰ ਕਿਤੇ ਇਹਨਾਂ ਕੋਲ ਨਹੀਂ ਇੱਕ ਪਹਿਲਾਂ ਐਡਲੇਡ ਰਹੇ ਐਡਲੇਡ ਨਾਲੋਂ ਵੀ ਫਰਕ ਹੈ ਤੇ ਗੋਰੇ ਜਿਵੇਂ ਜਿਵੇਂ ਛੋਟੇ ਥਾਂ 'ਚ ਚਲੀ ਜਾਂਦੇ ਨਾ ਉਵੇਂ ਜਿਵੇਂ ਉਹ ਫਰੈਂਡਲੀ ਆ ਫਰੈਂਡਲੀ ਆ ਸਰ ਜਦੋਂ ਮਰਜ਼ੀ ਕਿਸੇ ਨੂੰ ਮਿਲੋ ਬੁਲਾਓ ਭੱਜ ਕੇ ਆਉਂਦੇ ਭੱਜ ਕੇ ਚਾਹ ਕਰਦੇ ਆ ਮੈਂ ਇੱਥੇ ਆਪਦਾ ਵੀ ਨਿੱਜੀ ਤਜਰਬਾ ਦੱਸਦਾ ਵੀ ਦੇਖੋ ਕਈ ਵਾਰੀ ਨਾ ਕੀ ਹੁੰਦਾ ਵੀ ਅਸੀਂ ਸੋਚਦੇ ਹਾਂ ਵੀ ਗੋਰੇ ਪ੍ਰੋਫੈਸ਼ਨਲ ਆ ਆਪਾਂ ਐਵੇਂ ਇਹ ਗੱਲਾਂ ਚੱਲਦੀਆਂ ਵੀ ਇਹ ਤਾਂ ਜੀ ਹਰ ਚੀਜ਼ ਬਸ ਟਾਈਮ ਪੈਸੇ ਨਾਲ ਤੋਲਦੇ ਆ ਪਰ ਮੈਨੂੰ ਬੜੀ ਹੈਰਾਨੀ ਹੋਈ ਸੀ ਜੋ ਮਾਈਡਨ ਆਫ ਮੋਟਰ ਲਿਆ ਉਦੋਂ ਤੇ ਕੈਂਗਰੂ ਆਈਲੈਂਡ ਜਾ ਕੇ ਤਾਂ ਜਮਾ ਹੀ ਸਿਰਾ ਲੱਗ ਗਿਆ ਕੈਂਗਰੂ ਆਈਲੈਂਡ ਗਏ ਸੀ ਤੇ ਉੱਥੇ ਨਾ ਕਿਤੇ ਇੱਕ ਵੱਡਾ ਸ਼ਡ ਰਬਿਸ਼ ਦਾ ਭਰਿਆ ਪਿਆ ਸਾਨੂੰ ਸਮਝ ਨਾ ਆਵੇ ਕੀ ਕਰੀਏ ਕਿਉਂਕਿ ਉੱਥੇ ਰਬਿਸ਼ ਡਿਪੂ ਉਹਨੇ ਹੈ ਨਹੀਂ ਉੱਥੇ ਸਾਰਾ ਐਡਲੇਡ ਆਉਂਦਾ ਤੇ ਅਸੀਂ ਮਾੜੀ ਜਿਹੀ ਇੱਕ ਬਜ਼ੁਰਗ ਸੀਗਾ ਕਿਤੇ ਉਹ ਕਿਸੇ ਹੋਰ ਕੰਮ ਆਇਆ ਸੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਇੱਦਾਂ ਕਰਕੇ ਯਾਰ ਨਾ ਸਾਡੇ ਇੰਨਾ ਰਬਿਸ਼ ਪਈ ਹੈ ਤੇ ਵੀ ਇਹ ਸਾਰੀ ਹੈ ਰਬਿਸ਼ ਇਹਨੂੰ ਅਸੀਂ ਅੱਗ ਵੀ ਨਹੀਂ ਲਾ ਸਕਦੇ ਕੈਂਗਰੂ ਆਈਲੈਂਡ ਦੇ ਬੈਂਡ ਸੀ ਤੇ ਵੀ ਇਹਦਾ ਕੀ ਹੱਲ ਕਰੀਏ ਉਹ ਆਦਾ ਜੇ ਤੈਨੂੰ ਰਾਜ ਨਾ ਹੋ ਮੈਂ ਹੈਲਪ ਕਰਾਂ ਮੈਂ ਕਿਹਾ ਕੌਣ ਨਹੀਂ ਤੂੰ ਤੁਹਾਡੀ ਹੈਲਪ ਕਰ ਸਕਦਾ ਕਹਿੰਦਾ ਠੀਕ ਹੈ ਜੀ ਉਹਨੇ ਤਾਂ ਐਡਾ ਸੀਰੀਅਸ ਲੈ ਲਿਆ ਜੀ ਦੂਜੇ ਦਿਨ 4 ਟਰਨ ਵਾਲਾ ਟਰਾਲਾ ਲਿਆ ਵੱਡਾ ਜੀ ਆਪਦੇ ਜੂਟ ਮੰਗਰ ਪਾ ਕੇ ਤੇ ਤੜਕੇ ਆ ਜਾ ਕਰ 80 ਸਾਲ ਦਾ ਬਜ਼ੁਰਗ ਹੌਲੀ ਹੌਲੀ ਲੱਦ ਲਿਆ ਕਰੇ ਹਫ਼ਤਾ ਲੱਗਿਆ ਰਿਹਾ ਜੀ ਤੇ ਇੱਕ ਹਫ਼ਤੇ ਬਾਅਦ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਇਹਨੂੰ $1000 ਦੇ ਦਈਏ ਜੇ ਆਪਾਂ ਬੰਦੇ ਨੇ ਪੈਸੇ ਨਹੀਂ ਲਏ ਮੈਂ ਨਹੀਂ ਲੈਂਦਾ ਮੈਂ ਕਹਿੰਦਾ ਮੈਂ ਤਾਂ ਸਿਰਫ ਵਿਹਲਾ ਸੀ ਤੁਹਾਡੀ ਹੈਲਪ ਕਹਿੰਦਾ ਜਿਹੜਾ ਹੈਲਪ ਹੀ ਸ਼ਬਦ ਆ ਗਿਆ ਤੇ ਕਹਿੰਦਾ ਤੂੰ ਪੈਸੇ ਕਿਵੇਂ ਪੁੱਛਦਾ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ ਮੈਂ ਤੇਰੀ ਹੈਲਪ ਕਰਨੀ ਆ ਤੇ ਹੈਲਪ ਹੀ ਆ ਕਹਿੰਦਾ ਨਹੀਂ 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 ਬਹੁਤ ਹੈਲਪ ਕਰਦੇ ਜੀ ਗੱਲ ਸਹੀ ਆ ਜਿਵੇਂ ਅਸੀਂ ਜਦੋਂ ਪਹਿਲਾਂ ਗਏ ਪਰਮਪਾਲ ਅੰਕਲ ਦੇ ਨਾਲ ਪੀਟਰਬਰਾ 2016 ਦੇ ਵਿੱਚ ਤਾਂ ਉੱਥੇ ਵੀ ਜਿਹੜਾ ਪ੍ਰੀਵੀਅਸ ਓਨਰ ਸੀ ਉਹ ਗੋਰੇ ਸੀਗੇ ਤੇ ਉਹਨਾਂ ਨੇ ਬੜੀ ਸਾਡੀ ਹੈਲਪ ਕੀਤੀ ਜਿਵੇਂ ਤੱਕ ਮਹੀਨਾ ਤੱਕ ਸਾਡੀ ਇੱਦਾਂ ਹੀ ਹੈਲਪ ਕਰਾਉਂਦੇ ਰਹੇ ਨਹੀਂ ਤਾਂ ਵੇਚ ਕੇ ਤੋਂ ਜਾ ਸਕਦੇ ਸੀ ਉਹਨਾਂ ਨੂੰ ਕੋਈ ਹੈ ਨਹੀਂ ਪਰ ਬਹੁਤ ਉਹਨਾਂ ਨੇ ਹੈਲਪ ਕੀਤੀ ਸਾਡੀ ਹੁਣ ਤੱਕ ਵੀ ਕਦੇ ਜੇ ਉਹਨਾਂ ਨੂੰ ਫੋਨ ਕਰਕੇ ਪੁੱਛ ਲਈਏ ਵੀ ਐਂ ਕਰਕੇ ਆਏ ਹਾਂ ਕੋਈ ਪ੍ਰੋਬਲਮ ਆ ਗਈ ਆ ਜਾਂ ਕੋਈ ਦੱਸੋ ਸਾਨੂੰ ਤਾਂ ਉਦੋਂ ਹੀ ਫੋਨ ਵੀ ਚੱਕਦੇ ਆ ਕਈ ਵਾਰੀ ਆ ਵੀ ਜਾਂਦੇ ਇੱਥੇ ਵੀ ਆਉਂਦੇ ਆ ਬੜੀ ਹੈਲਪ ਇਸ ਬਿਜ਼ਨਸ 'ਚ ਲੋੜ ਪੈਂਦੀ ਰਹਿੰਦੀ ਹੈ ਜੀ ਸਾਨੂੰ ਹੁਣ 2-2.5 ਸਾਲਾਂ ਬਾਅਦ ਪਤਾ ਲੱਗਿਆ ਵੀ ਇੱਕ ਕਮਰੇ ਦਾ ਗੇਟ ਵਾਲੀ ਨਹੀਂ ਪਿਆ ਸਾਨੂੰ ਪੁਰਾਣੇ ਓਨਰ ਨੂੰ ਭਾਲ ਲਿਆ ਹਾਂਜੀ ਹਾਂ 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 ਪਲੰਬਿੰਗ ਦੇ ਚ ਇਲੈਕਟ੍ਰੀਸ਼ੀਅਨ ਵੀ ਕਿਤੋਂ ਕਈ ਵਾਰੀ ਕਿਤੇ ਹੁੰਦਾ ਉਹਨਾਂ ਦਾ ਗੇਟ ਵਾਲਵ ਜਾਂ ਪਾਣੀ ਬੰਦ ਕਰ ਦਿੰਦੇ ਤੁਸੀਂ ਆ ਜਾਓ ਆਪਾਂ ਨਾਲ ਨਾਲ ਤੜੇ ਝਾਤੀ ਵੀ ਮਾਰ ਦਈਏ ਦੇਖ
दिमाग च नहीं आ रहा मैं लिख रहा छोटा लिखा सी तीन चार होंगे एक बड़ा फिर छोटा एक पर नाम बदल जाते एक लामा होंगे जमे छोटे होंगे हाए उठते खानदान चो ਬਾਕੀ ਫਿਰ ਨੈਚੁਰਲ ਜੀ ਫੀਲਿੰਗ ਦਿੰਦੇ ਆ ਕੰਟਰੀ ਵਾਲੀ पिछले दो चार साल सारा कुछ शुरू होया क्योंकि गड्डिया जिवें जिवें इको हो रही कहिंदे ने इलैक्ट्रिक कारां आ रही तो ये अगली लोड़ यह होगी ਤੇ ਇਹ ਲੋਡ ਹੁਣ ਜਿਹੜਾ ਵੀ ਟੈਸਲਾ ਰੱਖਦਾ ਉਹਨੂੰ ਪਤਾ ਉਹ ਸਰਚ ਮਾਰਦਾ ਗੂਗਲ 'ਚ ਕਿੱਥੇ ਕਿੱਥੇ ਟੈਸਲਾ ਦੇ ਪੁਆਇੰਟ ਲੱਗੇ ਆ ਜਿੱਥੇ ਉਹ ਚਾਰਜ ਕਰ ਸਕਦੇ ਆ ਤਾਂ ਉਹ 'ਚ ਫਿਰ ਇਹ ਆ ਜਾਂਦਾ ਇਹ ਚੀਜ਼ ਅਤੇ ਪ੍ਰੋਪਰਟੀ 'ਤੇ ਇਹ ਲੱਗੀ ਹੋਵੇ ਤਾਂ ਪ੍ਰੋਪਰਟੀ ਨੂੰ ਵੀ ਬੈਨੀਫਿਟ ਆ ਬਈ ਇਹ ਕਿਤੋਂ ਕਿਤੇ ਲੱਗਿਆ ਜਿੱਦੇ ਇਹ ਪਿਛਲੇ ਚਾਰ ਪੰਜ ਸਾਲ ਤੋਂ ਲੱਗਿਆ ਟੈਸਲਾ ਵਾਲਿਆਂ ਨੇ ਖੁਦ ਹੀ ਲਾਇਆ ਉਹਨਾਂ ਨੇ ਲਾਇਆ ਅਤੇ ਇਹ 'ਚ ਕੀ ਸਿਸਟਮ ਕੀ ਹੈ ਕੰਮ ਕਿਵੇਂ ਕੰਮ ਕਰਦਾ ਇਹ ਅਸਲ 'ਚ ਸੁਪਰ ਚਾਰਜਰ ਆ ਚਾਰ ਪੁਆਇੰਟ ਜੇ 45 ਮਿੰਟ ਦੇ ਵਿੱਚ ਜੇ ਬੈਟਰੀ ਬਿਲਕੁਲ ਖਤਮ ਹੋਵੇ ਤਾਂ ਚਾਰਜ ਕਰ ਦਿੰਦੇ ਆ ਟੋਟਲ 45 ਮਿੰਟ ਲੈਂਦੇ ਆ ਡੱਡਾਂ ਬਲਾਉਂਦੇ ਆ ਹਾਂਜੀ ਹਾਂ ਅੱਛਾ ਜੀ ਤੇ ਇਹਦੇ ਫਿਰ ਪੇ ਪੂ ਦਾ ਕੀ ਸਿਸਟਮ ਆ ਇਹ ਬੇਸਿਕਲੀ ਜਿਹੜੇ ਟੈਸਲਾ ਔਨ ਕਰਦੇ ਆ ਉਹੀ ਪੇ ਕਰਦੇ ਆ ਸਿੱਧਾ ਟੈਸਲਾ ਨੂੰ ਉਹਨਾਂ ਦਾ ਕੋਈ ਇੱਥੇ ਪੇ ਦਾ ਕੋਈ ਸਿਸਟਮ ਨਹੀਂ ਉਹਨਾਂ ਦਾ ਕੋਈ ਪੇ ਕਰਨ ਦੀ ਲੋੜ ਨਹੀਂ ਉਹਨਾਂ ਦਾ ਆਟੋਮੈਟਿਕ ਹੀ ਆ ਉਹ ਆਪਣੇ ਅਕਾਊਂਟ ਸਿਸਟਮ ਮੈਨੂੰ ਲੱਗਦਾ ਜੋ ਸੁੱਚ ਲਾਉਂਦੇ ਹੋਣਗੇ ਉੱਥੇ ਪਹੁੰਚ ਜਾਂਦਾ ਉੱਥੇ ਪਹੁੰਚ ਜਾਂਦਾ ਪ੍ਰਾਈਵੇਸੀ ਦਾ ਕੋਈ ਰਹੀ ਨਹੀਂ ਨਾ ਜੀ ਉਹ ਕਾਰ ਦਾ ਸਾਰਾ ਡਾਟਾ ਉੱਥੇ ਬਿਲਕੁਲ ਜੀ ਕਿੱਥੇ ਚਾਰਜ ਕਰੀ ਜਾਂਦਾ ਬਿਲਕੁਲ ਬਿਲਕੁਲ ਇਹ ਵੀ ਹੈ ਤਾਂ ਕਿਰੰਟ ਨਗਦ ਜੀ ਨਹੀਂ ਦੇਣੇ ਪੈਂਦੇ ਠੀਕ ਹੀ ਹੈ ਗੱਲ ਹਾਂਜੀ 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 ਇਹ ਦੋ ਤਾਂ ਆਪਾਂ ਪਾਈਏ ਕਿਵੇਂ ਹੈ ਇਹ ਦੋ ਦੋ ਚਾਰਜਰ ਹੈ ਜੀ ਅੱਛਾ ਕਿਸੇ ਕਾਰ ਦੇ ਵਿੱਚ ਹੋ ਸਕਦਾ ਇਦਾਂ ਦਾ ਲੱਗਦਾ ਹੋਵੇ ਦੂਸਰੀ 'ਚ ਇਹ ਹੋਵੇ ਓਕੇ 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 ਮੈਨੂੰ ਕੋਈ ਜ਼ਿਆਦਾ ਨਹੀਂ ਪਤਾ ਇਹਦੇ ਬਾਰੇ ਨਵੇਂ ਪੁਰਾਣੇ ਮਾਡਲ ਦਾ ਹਾਂਜੀ ਹਾਂ ਆਹੀ ਹੋਣਾਗਾ ਹਾਂਜੀ ਇਹੀ ਹੋਊਗਾ ਇੱਕ ਟਾਈਮ 'ਤੇ ਯਾਨੀ ਕਿ ਚਾਰ ਕਾਰਾਂ ਲੱਗ ਜਾਂਦੀਆਂ ਹਾਂਜੀ ਹਾਂ ਚਾਰ ਕਾਰਾਂ ਲੱਗ ਜਾਂਦੀਆਂ ਜਿਹੜੇ ਟੈਸਲਾ ਵਾਲੇ ਕਸਟਮਰ ਬੇਸਿਕਲੀ ਰਾਤ ਨੂੰ ਮੁੱਕਦੇ ਆ ਤਾਂ ਉਹ ਪ੍ਰੈਫਰ ਕਰਦੇ ਆ ਵੀ ਅਸੀਂ ਇੱਥੋਂ ਚਾਰਜ ਕਰੀਏ ਕਿਉਂਕਿ ਇਹ ਆਪਣਾ ਚਾਰਜਰ ਹੈ ਆਪਾਂ ਪ੍ਰੋਵਾਈਡ ਕਰਦੇ ਆ ਕੰਪਲੀਮੈਂਟਰੀ ਤਾਂ ਇਹਦਾ ਬਿੱਲ ਆਪਾਂ ਦਿੰਦੇ ਆ ਅਸੀਂ ਚਾਰਜ ਨਹੀਂ ਕਰਦੇ ਉਹਨਾਂ ਨੂੰ ਵੀ ਪੇ ਨਹੀਂ ਕਰਨਾ ਪੈਂਦਾ ਟੈਸਲਾ ਤੇ ਜੇ ਉਹ ਰਹਿ ਰਹੇ ਆ ਤਾਂ ਉਹ ਇਹੀ ਚਾਰਜ ਪ੍ਰੈਫਰ ਕਰਦੇ ਆ ਪਰ ਜੇ ਸਿਰਫ ਉਹ ਥੋੜੇ ਟਾਈਮ ਵਾਸਤੇ ਆ ਤਾਂ ਉਹ ਚਾਰਜ ਛੇਤੀ ਕਰਕੇ ਬੈਟਰੀ ਲਾਈਫ ਵਾਸਤੇ ਵੀ ਟੂਰ ਕਰਨਾ ਚਾਹੁੰਦੇ ਹੋ ਜਾਣਾ ਚਾਹੁੰਦੇ ਹੋ ਖਾਸ ਕਰਕੇ ਕਲੀਅਰ ਬਾਰਾਗਾ ਬ੍ਰੋਕਨ ਹਿੱਲ ਤੱਕ ਬਹੁਤ ਵਧੀਆ ਏਰੀਆ ਅਸੀਂ ਤਾਂ ਪਿੰਡੂ ਆਸਟ੍ਰੇਲੀਆ ਸ਼ੁਰੂ ਬ੍ਰੋਕਨ ਹਿੱਲ ਤੋਂ ਹੁੰਦਾ ਤੇ ਐਨੂੰ ਆਉਂਦੇ ਹੋਗੇ ਹੌਲੀ ਹੌਲੀ ਐਨੂੰ ਹੋ ਰਿਹਾ ਸੀ ਸੋ ਜੇ ਕਿਤੇ ਆਉਣਾ ਆਉਣੇ ਹੋ ਜਾਂਦੇ ਹੋ ਇੱਧਰ ਦੀ ਲੰਘਣਾ ਤਾਂ ਰੋਡ ਦੇ ਉੱਤੇ ਆ ਬਾਈ ਹੋਰਾਂ ਦਾ ਮੋਟਲ ਅਤੇ ਬਹੁਤ ਸੋਹਣੀ ਲੋਕੇਸ਼ਨ ਅਤੇ ਬਹੁਤ ਸੋਹਣੀ ਜਗ੍ਹਾ ਅਤੇ ਜ਼ਰੂਰ ਆਨੰਦ ਮਾਣ ਕੇ ਜਾਓ ਪਹਿਲਾਂ ਤਾਂ ਬਾਈ ਰੈਸਟੋਰੈਂਟ ਵੀ ਚੱਲਦਾ ਸੀ ਹੁਣ ਮੈਨੂੰ ਲੱਗਦਾ ਕੋਵਿਡ ਕਰਕੇ ਬੰਦ ਕਰ ਦਿੰਦੇ ਹਾਂਜੀ ਅਤੇ ਹੁਣ ਬਾਈ ਹੋਰ ਇਕੱਲਾ ਮੋਟਲ ਚਲਾਉਂਦੇ ਆ ਅਤੇ ਪਰ ਸ਼ਹਿਰ 'ਚ ਬਹੁਤ ਖੂਬਸੂਰਤ ਜਿਹੜੇ ਰੈਸਟੋਰੈਂਟ ਵੀ ਬਣੇ ਹੋਏ ਆ
ਤੇ ਆਪਾਂ ਤੁਹਾਨੂੰ ਕੋਸ਼ਿਸ਼ ਆ ਹੋਰ ਵੀ ਜਿੰਨਾ ਵੀ ਆਲਾ ਦੁਆਲਾ ਦਿਖਾਵਾਂਗੇ ਅੱਜ, ਤੇ ਅੱਜ ਗਾਂਹ ਟੂਰ ਤੇ ਦੁਬਾਰਾ ਤੁਰਨਾ। ਪਰ ਫਿਲਹਾਲ ਅਸੀਂ ਹੁਣ ਬਾਈ ਹੋਰਾਂ ਕੋਲੋਂ ਚਾਹ ਦਾ ਕੱਪ ਪੀ ਕੇ ਤੇ ਇਜਾਜ਼ਤ ਮੰਗਣੀ ਆ, ਕਿਉਂਕਿ ਕੱਲ ਨੂੰ ਮੇਲਾ, ਤੁਹਾਨੂੰ ਮੇਲਾ ਦਿਖਾਉਣਾ ਉਸ ਕਰਕੇ। ਸੋ ਤੁਸੀਂ ਇੰਨਾ ਚਿਰ ਕਹਿੰਦੇ ਨਹੀਂ ਹੁੰਦੇ ਜਿਹੜੇ ਆਲੇ ਦੁਆਲੇ ਦੇ ਸੀਨਾਂ ਦਾ ਆਨੰਦ ਮਾਰੋ, ਪਰ ਮੈਨੂੰ ਨਾ ਮਨਪ੍ਰੀਤ ਸਿੰਘ ਨੇ ਮੇਰੇ ਨਾਲ ਪਤਾ ਨਹੀਂ ਕੀ ਬਦਲਾ ਲੈਣਾ ਤੇ ਮੈਨੂੰ ਇਹਨੇ ਬਿਮਾਰ ਕਰਕੇ ਛੱਡਣਾ। ਮੈਂ ਚੰਗਾ ਭਲਾ ਸਿਰ ਢਾਕੇ ਜੇ ਕਰਨ ਲੱਗਿਆ ਸੀ, ਕਹਿੰਦਾ ਬਾਈ ਸੋਹਣਾ ਨਹੀਂ ਲੱਗਦਾ, ਨਹੀਂ ਲੱਗਦਾ ਤਾਂ ਨਾ ਲੱਗੇ ਭਰਾਵਾ, ਮੈਂ ਤਾਂ ਆਪਦੇ ਕੰਨ ਥੋੜ੍ਹਾ ਡਰਨੇ ਆ। ਪਰਮਾਤਮਾ ਨੇ ਉਹ ਚੀਜ਼ਾਂ ਦਿੱਤੀਆਂ ਜਿਹੜੀਆਂ ਲੋਕ ਤਰਸਦੇ ਆ, ਤੇ ਇੱਥੇ ਆ ਕੇ ਰਾਤ ਦਾ 500-800 ਲਾਉਂਦੇ ਆ ਕੇ, ਤੇ ਫੇਰ ਇੱਥੇ ਆ ਕੇ ਦੇਖਦੇ ਆ ਵਿਊ, ਤੇ ਆਪਾਂ ਨੂੰ ਤੜਕੇ ਸੁੱਤੇ ਉੱਠਦੇ ਨੂੰ ਦੇਖਣ ਲੱਗੇ। ਬਿਲਕੁਲ ਉੱਥੇ ਨਾ ਕੈਂਗਰੂ ਆਈਲੈਂਡ ਵੀ ਬਾਈ ਇਹ ਹਾਲ ਆ, ਉੱਤੋਂ ਤੜਕੇ ਉੱਠਦੇ ਆ, ਪਰਦਾ ਪਾਸੇ ਕਰਦੇ ਆ, ਤੇ ਗਾਂ ਵੇਲ ਮੱਛੀਆਂ ਡਾਂਸ ਕਰੀ ਜਾਂਦੀਆਂ ਹੁੰਦੀਆਂ। ਅਸੀਂ ਹੱਸਦੇ ਹੁੰਦੇ ਹਾਂ, ਲੋਕ ਇਹਨਾਂ ਨੂੰ ਪੈਸੇ ਲਾ ਕੇ ਦੇਖਣ ਆਉਂਦੇ ਆ, ਤੇ ਸਾਨੂੰ ਕਿਉਂ ਨਾ ਸ਼ੁਕਰ ਗੁਜ਼ਾਰ ਹੋਣਾ ਚਾਹੀਏ ਪਰਮਾਤਮਾ ਦਾ। ਸੋ ਬਹੁਤ ਵਧੀਆ ਬਿਜ਼ਨਸ ਆ ਬਾਈ ਜੀ, ਪਰਮਾਤਮਾ ਤਰੱਕੀਆਂ ਬਖਸ਼ੇ ਹੋਰ ਅੱਗੇ। ਸੋ ਇਹ ਰਿਸੈਪਸ਼ਨ ਏਰੀਆ, ਉਹ ਤੋਂ ਰੈਸਟੋਰੈਂਟ ਸੀ ਪਰ